ਸਤਿ ਸ਼੍ਰੀ ਅਕਾਲ ਜੀ, ਅਸੀਂ ਈਕੋ ਸਿੱਖ ਬਰਨਾਲਾ ਟੀਮ। ਅਸੀਂ 3-4 ਪਹਿਲਾਂ ਇੱਕ ਪ੍ਰੋਸੈਸ ਸ਼ੁਰੂ ਕੀਤਾ ਸੀ ਬੂਟੇ ਲਾਉਣ ਦਾ, ਜਿਹਦੇ ਵਿੱਚ ਅਸੀਂ ਇੱਕ ਚੁਣਿਆ ਹੈ ਕਿ ਅਸੀਂ 550 ਬੂਟਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਪਹਿਲਾਂ ਅਸੀਂ ਲਾਉਣਾ ਹੈ। ਅਤੇ ਅਸੀਂ 3 ਦਿਨਾਂ ਦੇ ਵਿੱਚ 90 ਬੂਟੇ ਲਾ ਚੁੱਕੇ ਹਾਂ। 30 ਬੂਟੇ ਅਸੀਂ ਪਰਸੋਂ ਲਾਏ ਸੀ ਔਰ 60 ਬੂਟੇ ਅਸੀਂ ਸੱਤ ਪੱਤੀ ਦੀ ਅੱਜ ਲਾਏ ਨੇ। ਇਹ ਸੱਤ ਪੱਤੀ ਅਸੀਂ ਇਸ ਕਰਕੇ ਚੁਣੀ ਆ ਕਿ ਇਹਨੂੰ ਪਸ਼ੂ ਜ਼ਿਆਦਾ ਮੂੰਹ ਨਹੀਂ ਮਾਰਦੇ ਅਤੇ ਇਹ ਬੂਟੇ ਆਸਾਨੀ ਨਾਲ ਚੱਲ ਪੈਂਦੇ ਨੇ ਅਤੇ ਬਚੇ ਰਹਿੰਦੇ ਨੇ। ਅਤੇ ਬੂਟੇ ਲਾਉਣ ਤੋਂ ਬਾਅਦ ਵੀ ਅਸੀਂ ਇਹਨਾਂ ਦੀ ਸੰਭਾਲ ਵੀ ਜਾਰੀ ਰੱਖਾਂਗੇ। ਜਦੋਂ ਤੱਕ ਇਹ ਬੂਟੇ ਚੰਗੀ ਤਰ੍ਹਾਂ 6-6 ਫੁੱਟ 7-7 ਫੁੱਟ ਦੇ ਨਹੀਂ ਹੁੰਦੇ, ਅਸੀਂ ਇਹਨਾਂ ਦਾ ਖਿਆਲ ਵੀ ਰੱਖਾਂਗੇ। ਅਤੇ ਇਸੇ ਨਾਈਵਾਲਾ ਰੋਡ 'ਤੇ ਅਸੀਂ ਅੱਗੇ ਵੀ ਫਰਦਰ ਇਹ ਬੂਟੇ ਲਾਉਂਦੇ ਰਹਾਂਗੇ ਔਰ ਉਮੀਦ ਰੱਖਦੇ ਹਾਂ ਕਿ ਸਾਰੇ ਸਾਥੀ, ਜਦੋਂ ਇਹ ਸਾਡਾ ਇਹ ਮਿਸ਼ਨ ਪੂਰਾ ਹੋ ਗਿਆ 550 ਬੂਟੇ ਦਾ, ਅਸੀਂ ਹੋਰ ਵੀ ਬਰਨਾਲੇ ਦੇ ਏਰੀਏ ਵਿੱਚ ਜਾਂ ਬਰਨਾਲੇ ਦੇ ਲਾਗੇ ਤੱਕ ਇਹਦੇ ਕੋਈ ਵੀ ਏਰੀਆ ਸਾਨੂੰ ਦਿਖਦਾ ਹੈ ਜਿੱਥੇ ਬੂਟਿਆਂ ਦੀ ਲੋੜ ਹੈ, ਜਿੱਥੇ ਬੂਟੇ ਅਜੇ ਤੱਕ ਨਹੀਂ ਲੱਗੇ, ਅਸੀਂ ਉਹ ਵੀ ਪੂਰੇ ਕਰਦੇ ਰਹਾਂਗੇ। ਤੁਹਾਨੂੰ ਵੀ ਸਾਰੇ ਮਿੱਤਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਮਿਸ਼ਨ ਵਿੱਚ ਜੁੜੋ ਤਾਂ ਕਿ ਅਸੀਂ ਆਪਣੇ ਇਸ ਮੌਸਮ ਨੂੰ ਬਚਾ ਸਕੀਏ, ਆਪਣੀ ਇਸ ਧਰਤੀ ਦੇ ਵਾਤਾਵਰਨ ਨੂੰ ਬਚਾ ਸਕੀਏ। ਬੂਟੇ ਦਰਖਤ ਬਹੁਤ ਘੱਟ ਚੁੱਕੇ ਨੇ ਅਤੇ ਆਪਣਾ ਫਰਜ਼ ਬਣਦਾ ਵੀ ਆਪਾਂ ਇਹ ਬੂਟੇ ਵੱਧ ਤੋਂ ਵੱਧ ਲਾਈਏ ਔਰ ਆਪਣੀ ਧਰਤੀ ਮਾਂ ਦੀ ਰੱਖਿਆ ਕਰੀਏ, ਵਾਤਾਵਰਨ ਦੀ ਰੱਖਿਆ ਕਰੀਏ।